ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਦੇਸ਼ ਵਿਦੇਸ਼ਾਂ 'ਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਖਾਲਸਾ ਪੰਥ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਉੱਪਰ ਅਸੀਂ ਲੈ ਕੇ ਹਾਜ਼ਰ ਹਾਂ ਜੀ ਖਾਸ ਪੇਸ਼ਕਸ਼, ਖਾਲਸਾ ਮੇਰੀ ਜਾਨ ਕੀ ਜਾਨ। ਜੀ ਹਾਂ ਦੋਸਤੋ, ਕੀ ਹੈ ਖਾਲਸੇ ਦਾ ਇਤਿਹਾਸ, ਕੀ ਹੈ ਵਿਸਾਖੀ ਦਾ ਇਤਿਹਾਸ, ਇਸ ਪੂਰੇ ਪ੍ਰੋਗਰਾਮ ਦੇ ਬਾਰੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਅਤਿ ਸਤਿਕਾਰਯੋਗ ਪਟਿਆਲੇ ਸ਼ਹਿਰ ਦੀ ਬੜੀ ਪਿਆਰੀ ਸ਼ਖਸੀਅਤ ਗਿਆਨੀ ਹਰਜੀਤ ਸਿੰਘ ਜੀ, ਗੁਰੂ ਨਾਨਕ ਦਰਬਾਰ ਵਾਲੇ। ਭਾਈ ਸਾਹਿਬ ਤੁਹਾਨੂੰ ਸਵਾਗਤ, ਜੀ ਐਂ ਕਹਿੰਦੇ ਅਤੇ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਅੱਜ ਦੁਨੀਆ ਦੇ ਹਰ ਕੋਨੇ ਵਿੱਚ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਨੇ, ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਵੱਸਦੇ ਨੇ, ਖਾਲਸਾ ਪੰਥ ਦੇ ਸਾਜਨਾ ਦਿਵਸ ਬੜੀ ਹੀ ਧੂਮਧਾਮ ਦੇ ਨਾਲ ਵਿਸਾਖੀ ਮਨਾਈ ਜਾ ਰਹੀ ਹੈ। ਸਭ ਤੋਂ ਪਹਿਲੇ ਮੈਂ ਜਾਣਨਾ ਚਾਹਾਂਗਾ, ਖਾਲਸਾ ਕਿਹਾ ਕਿਹਨੂੰ ਜਾਂਦਾ ਹੈ, ਖਾਲਸੇ ਦੇ ਅਰਥ ਕੀ ਨੇ? ਖਾਲਸਾ ਸ਼ਬਦ ਜਿਹਦੇ ਜਦੋਂ ਆਪਾਂ ਅਰਥ ਕਰਦੇ ਹਾਂ, ਖਾਲਸਾ ਨਿਰਮਲ, ਸ਼ੁੱਧ, ਖੋਟ ਤੋਂ ਰਹਿਤ, ਜਿਹਦੇ ਵਿੱਚ ਕੋਈ ਖੋਟ ਨਾ ਹੋਵੇ, ਨਿਰਮਲ ਹੋਵੇ। ਅਤੇ ਇਸ ਲਈ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ ਸੀ, ਨਾਨਕ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸੋ ਇਹ ਨਿਰਮਲ ਖਾਲਸਾ ਜਿਹੜਾ ਸ਼ਬਦ ਹੈ, ਕਿ ਨਿਰਮਲ, ਇਹਦੇ ਵਿੱਚ ਕਿਸੇ ਤਰ੍ਹਾਂ ਦੀ ਮੈਲ ਨਹੀਂ ਹੈ, ਖੋਟ ਤੋਂ ਰਹਿਤ ਹੈ। ਸੋ ਇਹ ਜਿਹੜਾ ਖਾਲਸਾ ਸ਼ਬਦ ਦੇ ਮਹਾਰਾਜ ਨੇ ਸੋ ਸਾਰਿਆਂ ਨੂੰ ਖਾਲਸ ਬਣਾਇਆ ਸੀ, ਕਿ ਜਿਹੜੀ ਮੇਰੀ ਕੌਮ ਹੈ, ਮੇਰੇ ਪੁੱਤਰ ਧੀਆਂ ਨੇ, ਜਿਹੜਾ ਇਹ ਖਾਲਸਾ, ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਾ ਹੋਵੇ। ਸੋ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸ਼ਬਦ ਨੂੰ ਪ੍ਰਗਟ ਕਰਕੇ ਸਿੱਖਾਂ ਨੂੰ ਵਿੱਚੋਂ ਮੈਲ ਤੋਂ ਰਹਿਤ ਕਰ ਦਿੱਤਾ, ਖੋਟ ਤੋਂ ਰਹਿਤ ਕਰ ਦਿੱਤਾ, ਅਤੇ ਇੱਕ ਕਹਿ ਲਓ ਕਿ ਨਵੀਂ ਜਿਹੜੀ ਸ਼ਖਸੀਅਤ ਹੈ ਉਹ ਇਸ ਧਰਤੀ 'ਤੇ, ਮਾਤ ਲੋਕ 'ਤੇ ਆਈ, ਉਹ ਖਾਲਸੇ ਦੇ ਰੂਪ ਵਿੱਚ ਪ੍ਰਗਟ ਹੋਈ। ਭਾਈ ਸਾਹਿਬ, ਅਕਸਰ ਅਸੀਂ ਜਦੋਂ ਧਰਮ ਦੀ ਸਟੱਡੀ ਕਰਦੇ ਹਾਂ, ਧਰਮ ਗ੍ਰੰਥਾਂ ਨੂੰ ਪੜ੍ਹਦੇ ਹਾਂ, ਇਤਿਹਾਸ ਨੂੰ ਪੜ੍ਹਦੇ ਹਾਂ, ਇਹ ਵੇਖਣ ਨੂੰ ਮਿਲਿਆ, ਪੜ੍ਹਨ ਨੂੰ ਮਿਲਿਆ, ਸੁਣਨ ਨੂੰ ਵੀ ਮਿਲਿਆ ਕਿ ਜਿਹੜੀ ਕੋਈ ਸ਼ਖਸੀਅਤ, ਮਹਾਂਪੁਰਸ਼ ਇਸ ਧਰਤੀ 'ਤੇ ਆਇਆ, ਉਹਦੇ ਜਨਮ ਤੋਂ ਧਰਮ ਦੀ ਆਰੰਭਤਾ ਹੋ ਚੁੱਕੀ। ਅਸੀਂ ਸਿੱਖ ਧਰਮ ਦੀ ਆਰੰਭਤਾ ਵੀ ਗੁਰੂ ਨਾਨਕ ਪਾਤਸ਼ਾਹ ਤੋਂ ਮੰਨਦੇ ਹਾਂ, ਪਰੰਤੂ ਖਾਲਸੇ ਦੀ ਆਰੰਭਤਾ, ਖਾਲਸੇ ਦਾ ਜਨਮ ਖੰਡੇ ਦੀ ਧਾਰ ਵਿੱਚ ਹੋਇਆ, ਇਹਦਾ ਥੋੜ੍ਹਾ ਜਿਹਾ ਮੈਂ ਚਾਹਾਂਗਾ ਸਾਡੇ ਦਰਸ਼ਕਾਂ ਨੂੰ ਜੋੜ ਦੱਸੋ। ਖਾਲਸਾ ਖੰਡੇ ਦੀ ਧਾਰ ਵਿੱਚੋਂ ਨਿਕਲਿਆ, ਇਹ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਹੀ ਸ਼ੁਰੂਆਤ ਹੋ ਗਈ ਸੀ, ਵੀ ਬਚਨ ਸਾਰੇ ਗੁਰੂ ਨਾਨਕ ਸਾਹਿਬ ਜੀ ਦੇ ਨੇ। ਅੱਗੇ 10 ਪਾਤਸ਼ਾਹੀਆਂ, 9 ਪਾਤਸ਼ਾਹੀਆਂ ਨੇ ਉਹਨਾਂ ਦੇ ਉੱਪਰ ਪਹਿਰਾ ਦਿੱਤਾ। ਇਹ ਵਿਚਾਰ ਗੁਰੂ ਨਾਨਕ ਸਾਹਿਬ ਜੀ ਦੀ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਾਲ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸੱਚਮੁੱਚ ਵੀ ਇਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ, ਵੀ ਇਹ ਕਹਿ ਲਓ ਕਿ ਖੰਡੇ ਦੀ ਧਾਰ ਵਿੱਚੋਂ ਮਹਾਰਾਜ ਕਹਿੰਦੇ ਨੇ ਵੀ ਸਾਨੂੰ ਸਿਰ ਦੀ ਲੋੜ ਹੈ, ਵੀ ਜਿਹੜਾ ਮੇਰੇ ਸਿੱਖ ਦਾ ਮਸਤਕ ਹੈ ਉਹ ਕੇਵਲ ਮੇਰਾ ਹੀ ਹੈ, ਗੁਰੂ ਦੇ ਚਰਨਾਂ ਵਿੱਚ ਆਪਾਂ ਸੀਸ ਝੁਕਾਉਂਦੇ ਹਾਂ, ਉਹਦਾ ਇਹੀ ਅਰਥ ਹੈ ਕਿ ਇਕੱਲਾ ਸਤਿਕਾਰ ਭਾਵਨਾ ਨਹੀਂ, ਜਦੋਂ ਆਪਾਂ ਸਿਰ ਝੁਕਾ ਦਿੰਦੇ ਹਾਂ ਉਦੋਂ ਇਹਦਾ ਇਹ ਭਾਵ ਹੈ ਕਿ ਮੈਂ ਸਤਿਗੁਰੂ ਪਾਤਸ਼ਾਹ ਤੇਰਾ ਵਾਂ, ਇਹ ਕਿਸੇ ਹੋਰ ਦਾ ਸਿਰ ਨਹੀਂ ਹੈਗਾ, ਇਹ ਤੁਹਾਡਾ ਹੀ ਹੈ ਜੀ, ਤੁਹਾਡੇ ਲੇਖੇ ਵਿੱਚ ਲਾਇਆ। ਫਿਰ ਪਰਿਕਰਮਾ ਕਰੀ ਦੀਆਂ ਸਤਿਕਾਰ ਨਾਲ ਕਿ ਮਹਾਰਾਜ ਮੈਂ ਤੇਰਾ ਵਾਂ। ਤੋ ਇਸ ਕਰਕੇ ਕਹਿ ਲਓ ਖੰਡੇ ਦੀ ਧਾਰ ਦੇ ਵਿੱਚੋਂ ਜਿਹੜਾ ਹੈ ਇਹ ਖਾਲਸਾ ਪ੍ਰਗਟ ਹੋਇਆ। ਭਾਈ ਸਾਹਿਬ, ਜਦੋਂ ਕਿਹਾ ਜਾਂਦਾ ਹੈ ਕਿ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੋਲ ਦਿੱਤੀ, ਪੰਜ ਸਿਰਾਂ ਦੀ ਮੰਗ ਕੀਤੀ, ਇੱਕ ਨਵਾਂ ਅਜੂਬਾ, ਇੱਕ ਨਵਾਂ ਕ੍ਰਿਸ਼ਮਾ ਅੱਜ ਇਸ ਕਾਇਨਾਤ ਦੇ ਸਾਹਮਣੇ ਰੱਖ ਦਿੱਤਾ, ਤੰਬੂ ਅੰਦਰ ਲੈ ਕੇ ਗਏ, ਪੰਜਾਂ ਨੂੰ ਖੰਡੇ ਬਾਟੇ ਦੀ ਪੋਲ ਦਿੱਤੀ, ਫਿਰ ਆਪ ਗੋਡਾ ਟੇਕ ਕੇ ਬੁੱਕ ਕੱਟ ਕੇ ਉਹਨਾਂ ਤੋਂ ਖੰਡੇ ਬਾਟੇ ਦੀ ਪੋਲ ਵੀ ਗ੍ਰਹਿਣ ਕੀਤੀ। ਪਰੰਤੂ ਜਦੋਂ ਅਸੀਂ ਅੱਜ ਅਸੀਂ ਵੇਖਦੇ ਹਾਂ, ਮੈਨੂੰ ਨਹੀਂ ਲੱਗਦਾ ਵੀ ਕਿਸੇ ਧਰਮ ਦੇ ਵਿੱਚ, ਕਿਸੇ ਕੌਮ ਦੇ ਵਿੱਚ ਕਿਸੇ ਗੁਰੂ ਅਤੇ ਚੇਲੇ ਅਤੇ ਚੇਲੇ ਅਤੇ ਗੁਰੂ ਵਾਲਾ ਇਸ ਤਰ੍ਹਾਂ ਦਾ ਕੋਈ ਪ੍ਰਕਰਨ ਹੋਵੇਗਾ। ਇਹੋ ਜਿਹਾ ਰਿਸ਼ਤਾ ਸਾਨੂੰ ਕਿਸੇ ਹੋਰ ਵਿੱਚ ਨਹੀਂ ਮਿਲੇਗਾ, ਕਿਉਂਕਿ
ਇੱਥੇ ਮਹਾਰਾਜ ਨੇ ਆਪੇ ਗੁਰੂ ਆਪੇ ਚੇਲੇ ਵਾਲੀ ਜਿਹੜੀ ਮਰਿਆਦਾ ਉਹ ਤੋਰ ਦਿੱਤੀ। ਅਤੇ ਇਹੀ ਇਹਨੂੰ ਆਪਾਂ ਵੱਖਰਾ ਕਰਕੇ ਨਾ ਵੇਖੀਏ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲੋਂ। ਇਹ ਜੋ ਕੁਛ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਸ ਤਰ੍ਹਾਂ ਭਾਈ ਲਹਿਣਾ ਜੀ ਦੇ ਚਰਨਾਂ ਵਿੱਚ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕ ਦਿੱਤਾ ਸੀ, ਆਪਣੇ ਜਿਉਂਦਿਆਂ ਜਾਗਦਿਆਂ ਜਿਹੜਾ ਅਸਲ ਫਰਜ਼ ਸੀ ਉਹ ਮਹਾਰਾਜ ਨੇ, ਅੱਜ ਦੇ ਵੇਖੋ ਅੱਜ ਵੀ ਗੱਦੀਆਂ ਚੱਲਦੀਆਂ ਨੇ ਪਰ ਕਿੰਨੇ ਝਗੜੇ ਹੁੰਦੇ ਨੇ, ਕੱਲ ਕਲੇਸ਼ ਹੁੰਦੇ ਨੇ। ਅਤੇ ਉਹਦੇ ਵਾਸਤੇ ਜਿਹੜੀ ਅੱਜ ਦਾ ਆਪਾਂ ਵੇਖਦੇ ਹਾਂ ਸਮਾਂ ਕਿ ਜੇ ਕੋਈ ਗੱਦੀ 'ਤੇ ਬੈਠਾ ਉਹ ਆਪਣੇ ਪੁੱਤਰਾਂ ਨੂੰ ਸਾਰਾ ਕੁਝ ਦੇ ਕੇ ਚਲਾ ਜਾਂਦਾ, ਪਰ ਇਹ ਵਿਲੱਖਣਤਾ ਮਹਾਰਾਜ ਦੇ ਘਰ ਵਿੱਚ ਆਈ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਚੱਲੀ, ਫਿਰ ਅੱਗੇ 10 ਪਾਤਸ਼ਾਹੀਆਂ ਤਾਂ ਇਸ ਤਰ੍ਹਾਂ ਹੀ ਰਹੀ। ਗੁਰੂ ਨਾਨਕ ਸਾਹਿਬ ਦੇ ਪੁੱਤਰ ਨੇ ਪਰ ਵਡਿਆਈ ਜਿਹੜੀ ਹੈ ਉਹ ਭਾਈ ਲਹਿਣਾ ਜੀ ਨੇ, ਅਤੇ ਉਹਨਾਂ 7 ਸਾਲ ਤਕਰੀਬਨ 1432 ਤੋਂ ਲੈ ਕੇ 1439 ਤੀਕਰ 7 ਸਾਲ ਰੱਜ ਕੇ ਸੇਵਾ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਕੀਤੀ, ਅਤੇ ਸੇਵਾ ਕਰਕੇ ਇੰਨੀ ਵੱਡੀ ਬਖਸ਼ਿਸ਼ ਦੇ ਘਰ ਬਣ ਗਏ, ਇੰਨੇ ਉੱਚੇ ਹੋ ਗਏ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿਤਾ ਸੀ ਅੱਜ ਤੁਸੀਂ ਪਰਮੇਸ਼ਰ ਦਾ ਰੂਪ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਗਏ ਹੋ। ਅਤੇ ਆਪਾਂ ਭਾਵ ਨਿਸ਼ਾਵਰ ਕਰ ਦਿੱਤਾ, ਬਸ ਉਹੀ ਕੁਝ ਕਲਗੀਆਂ ਵਾਲੇ ਪਾਤਸ਼ਾਹ ਨੇ ਕੀਤਾ ਵੀ ਉਸ ਨੂੰ ਪ੍ਰਗਟ ਕਰਕੇ ਵਿਖਾ ਦਿੱਤਾ ਬਿਲਕੁਲ ਵੀ ਮਹਾਰਾਜ ਅੰਮ੍ਰਿਤ ਦੀ ਮੰਗ ਕਰਦੇ ਨੇ। ਜਦੋਂ 5 ਪਿਆਰਿਆਂ ਨੂੰ ਸਤਿਗੁਰੂ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ ਦਿੱਤੀ, ਸਾਰਾ ਰਾਜ ਭਾਗ ਖਾਲਸੇ ਨੂੰ ਬਖਸ਼ ਦਿੱਤਾ, ਅਤੇ ਫਿਰ ਮਹਾਰਾਜ ਨੇ ਆਪ ਦੋਵੇਂ ਹੱਥ ਜੋੜੇ ਅਤੇ ਬਚਨ ਕਹਿ ਖਾਲਸਾ ਜੀ ਹੁਣ ਮੈਨੂੰ ਵੀ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਸ਼ਾਮਿਲ ਕਰ ਲਓ ਵੀ ਜਿਹੜੀ ਦਾਤ ਤੁਹਾਨੂੰ ਪ੍ਰਾਪਤ ਹੋ ਗਈ ਹੈ ਹਾਲੇ ਮੈਂ ਵੀ ਜਾਤਾਂ ਦੇ ਵਿੱਚ ਹਾਂ, ਕਿਉਂਕਿ ਮਹਾਰਾਜ ਦਾ ਨਾਲ ਇਹ ਜਿਹੜਾ ਨਾਮ ਲੱਗਿਆ ਗੁਰੂ ਗੋਬਿੰਦ ਸਿੰਘ ਇਹ ਆਪਾਂ 1699 ਦੀ ਵਿਸਾਖੀ ਤੋਂ ਬਾਅਦ ਹੀ ਬਿਲਕੁਲ ਪਾਤਸ਼ਾਹ ਦੇ ਨਾਲ ਲੱਗਿਆ। ਤਾਂ ਹੀ ਸ਼ਬਦ ਕਿਹਾ ਜਾਂਦਾ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਸੱਚਮੁੱਚ ਦੋਸਤੋ ਕਿਸੇ ਵੀ ਧਰਮ ਦੇ ਵਿੱਚ ਕੋਈ ਇਹੋ ਜਿਹਾ ਕ੍ਰਿਸ਼ਮਾ ਨਹੀਂ ਵਾਪਰਿਆ ਜਿਹੜਾ ਕ੍ਰਿਸ਼ਮਾ ਕਲਗੀਧਰ ਪਾਤਸ਼ਾਹ ਨੇ ਵਾਪਰ ਕੇ ਸਾਡੇ ਸਾਹਮਣੇ ਰੱਖ ਦਿੱਤਾ। ਪਹਿਲੇ ਆਪ ਗੁਰੂ ਦੇ ਰੂਪ ਵਿੱਚ ਖੰਡੇ ਬਾਟੇ ਦੀ ਪੋਲ ਦਿੱਤੀ ਅਤੇ ਫਿਰ ਉਹਨਾਂ ਤੋਂ ਆਪ ਚੇਲਾ ਬਣ ਕੇ ਗੋਡਾ ਟੇਕ ਕੇ ਬੁੱਕ ਅੱਡ ਕੇ ਆਖਿਆ ਭਾਈ ਦਇਆ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਖੰਡੇ ਬਾਟੇ ਦੀ ਪੋਲ ਗ੍ਰਹਿਣ ਕੀਤੀ ਹੈ ਮੇਰੀ ਝੋਲੀ ਵਿੱਚ ਵੀ ਖੰਡੇ ਬਾਟੇ ਦੀ ਪੋਲ ਪਾਓ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਸੱਚਮੁੱਚ ਭਾਈ ਸਾਹਿਬ ਜਦੋਂ ਅਸੀਂ ਇਹ ਇਤਿਹਾਸ ਪੜ੍ਹਦੇ ਹਾਂ, ਵਿਲੱਖਣ ਇਤਿਹਾਸ ਪੜ੍ਹਦੇ ਹਾਂ, ਆਪੇ ਗੁਰੂ ਅਤੇ ਆਪੇ ਚੇਲਾ ਦਾ ਕੰਸੈਪਟ ਕਿਸੇ ਵੀ ਕਾਇਨਾਤ ਵਿੱਚ ਸਾਨੂੰ ਨਿਗਾਹ ਮਾਰਨ ਦਾ ਜਦੋਂ ਮੌਕਾ ਮਿਲਦਾ ਇਹ ਸਾਨੂੰ ਕੰਸੈਪਟ ਨਹੀਂ ਮਿਲਦਾ, ਨਹੀਂ ਮਿਲਦਾ। ਅਤੇ ਇਸ ਤਰ੍ਹਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨੂੰ ਹੋਰ ਪਰਿਪੱਕ ਕੀਤਾ। ਕਲਗੀਆਂ ਵਾਲੇ ਪਾਤਸ਼ਾਹ ਨੇ 33 ਸੋਈਆਂ ਦੇ ਵਿੱਚ ਖਾਲਸੇ ਦੀ ਪਰਿਭਾਸ਼ਾ ਵੀ ਦੱਸੀ, ਖਾਲਸੇ ਬਾਰੇ ਜ਼ਿਕਰ ਕੀਤਾ। ਬਿਲਕੁਲ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋੜ ਮੜੀ ਮਟ ਭੂਲ ਨਾ ਮਾਨੈ। ਤੇ ਇਸ ਤਰ੍ਹਾਂ ਵੇਖੋ ਇਸ ਸਵਈਏ ਦੇ ਵਿੱਚ ਮਹਾਰਾਜ ਨੇ ਪ੍ਰਤੱਖ ਕਰ ਦਿੱਤਾ ਕਿ ਜਿਹੜਾ ਖਾਲਸਾ ਹੈ ਕਿਸੇ ਮੜੀ ਗੋਰ ਮੱਟ ਕਿਸੇ ਨੂੰ ਨਹੀਂ ਮੰਨਣ ਵਾਲਾ, ਬਲਕਿ ਇੱਕ ਪਰਮਾਤਮਾ ਤੋਂ ਬਿਨਾਂ ਏਕ ਬਿਨਾ ਮਨ ਨੈਕ ਨਾ ਨੈ ਵੀ ਹੋਰਾਂ ਨੂੰ ਆਪਣੇ ਘਰ ਦੇ ਵਿੱਚ ਅਹਿਮੀਅਤ ਨਹੀਂ ਦਏਗਾ। ਜਿਹੜੀ ਅਹਿਮੀਅਤ ਉਹਨੇ ਇੱਕ ਪਾਤਸ਼ਾਹ ਨੂੰ ਦਿੱਤੀ, ਇੱਕ ਅਕਾਲ ਪੁਰਖ ਜੀ ਦੇ ਨਾਲ ਜੁੜਿਆ, ਪਰਮਾਤਮਾ ਦੇ ਬਰਾਬਰ ਕੋਈ ਹੋਰ ਖਾਲਸੇ ਦੀ ਨਿਗਾਹ ਵਿੱਚ ਨਹੀਂ ਹੈ। ਯਾਨੀ ਕਿ ਜਿਹੜਾ ਵਿਸ਼ਾ ਆਪਾਂ ਨੇ ਸ਼ੁਰੂ ਕੀਤਾ ਸੀ ਖਾਲਸਾ ਸ਼ੁੱਧ ਨਿਰਮਲ, ਹਾਂਜੀ, ਮਿਲਾਵਟ ਤੋਂ ਨਿਰਲੇਪ, ਜਿਹਦੇ ਵਿੱਚ ਕੋਈ ਮਿਲਾਵਟ ਨਹੀਂ, ਡਾਇਰੈਕਟ ਇਹਦਾ ਮੇਲ ਪਰਮਾਤਮਾ ਦੇ ਨਾਲ ਹੋ ਚੁੱਕਾ, ਉੱਥੇ ਮੈਨੂੰ ਲੱਗਦਾ ਇਹਦੇ ਅਰਥ ਬਿਲਕੁਲ ਸਹੀ ਢੁਕਵੇਂ ਸ਼ਬਦ ਦੇ। ਸੱਚਮੁੱਚ ਭਾਈ ਸਾਹਿਬ ਤੁਸੀਂ ਬੜੀ ਸੋਹਣੀ ਖਾਲਸੇ ਦੀ ਪਰਿਭਾਸ਼ਾ ਨੂੰ ਅੱਜ ਸਾਡੇ ਇਤਿਹਾਸਕ ਵਰਕਿਆਂ ਨੂੰ ਪੜ੍ਹ ਕੇ ਸੁਣਾ ਕੇ ਸਾਡੇ ਦਰਸ਼ਕਾਂ ਰੂਬਰੂ ਕੀਤਾ। ਸਮਾਂ ਹੋ ਗਿਆ ਛੋਟੀ ਬ੍ਰੇਕ ਦਾ। ਦੋਸਤੋ ਜਾਣਾ ਕਿਤੇ ਨਹੀਂ, ਖਾਲਸਾ ਮੇਰੀ ਜਾਨ ਕੀ ਜਾਨ ਇਹ ਪ੍ਰੋਗਰਾਮ ਵਿਸਾਖੀ ਦੇ ਸਪੈਸ਼ਲ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਬ੍ਰੇਕ ਤੋਂ ਬਾਅਦ ਫਿਰ ਅਸੀਂ ਜੁੜਾਂਗੇ ਗਿਆਨੀ ਹਰਜੀਤ ਸਿੰਘ ਦੇ ਨਾਲ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕੁਝ ਰਹਿਤਾਂ ਨੇ ਅਤੇ ਕੁਝ ਕੁਰਹਿਤਾਂ ਨੇ, ਸਿੱਖ ਨੂੰ ਕਿਵੇਂ ਰਹਿਤ ਵਿੱਚ ਰਹਿ ਕੇ ਗੁਰੂ ਨੂੰ ਸਮਰਪਿਤ ਹੋਣਾ ਪਵੇਗਾ ਅਤੇ ਕਿਹੜੀਆਂ ਗੱਲਾਂ ਤੋਂ ਬਚ ਕੇ ਆਪਣੇ ਜੀਵਨ ਨੂੰ ਬਚਾ ਕੇ ਗੁਰੂ ਦੀ ਗੋਦ ਦਾ ਪਾਤਰ ਬਣਨਾ ਪਵੇਗਾ। ਇਸ ਬ੍ਰੇਕ ਤੋਂ ਬਾਅਦ ਫਿਰ ਜੁੜਾਂਗੇ ਤੁਹਾਡਾ ਖਾਸ ਪ੍ਰੋਗਰਾਮ ਲੈ ਕੇ, ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ 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 ਮੇਰੀ ਜਾਨ ਕੀ ਜਾਨ।
106 ਦੇਸ਼ਾਂ ਵਿੱਚ ਦੇਖੇ ਜਾ ਰਹੇ ਅਕਾਲ ਚੈਨਲ ਦੇ ਕੋਲ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਲਾਈਵ ਜਾਂ ਡੀ ਲਾਈਵ ਕਰਨ ਦੀ ਪੂਰੀ ਟੈਕਨੋਲੋਜੀ ਮੌਜੂਦ ਹੈ। ਤੁਹਾਡਾ ਸਾਰਾ ਪ੍ਰੋਗਰਾਮ ਹਾਈ ਡੈਫੀਨੇਸ਼ਨ ਤੇ ਕਵਰ ਕੀਤਾ ਜਾਵੇਗਾ। ਜੇ ਤੁਸੀਂ ਗੁਰੂ ਮਹਾਰਾਜ ਦੇ ਪੈਗਾਮ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਪ੍ਰੋਗਰਾਮ ਰਿਕਾਰਡ ਕਰਵਾਉਣ ਲਈ ਸੰਪਰਕ ਕਰੋ 07707484906 ਤੇ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਹਾਡੇ ਲਈ ਖਾਸ ਪੇਸ਼ਕਸ਼ ਲੈ ਕੇ ਖਾਲਸਾ ਪੰਥ ਦੇ ਪ੍ਰਕਾਸ਼ ਉਤਸਵ 'ਤੇ ਅਕਾਲ ਚੈਨਲ ਦੀ ਖਾਸ ਪੇਸ਼ਕਸ਼ ਖਾਲਸਾ ਮੇਰੀ ਜਾਨ ਕੀ ਜਾਨ। ਭਾਈ ਸਾਹਿਬ, ਬ੍ਰੇਕ 'ਤੇ ਜਾਂਦਾ ਪਹਿਲਾਂ ਆਪਾਂ ਗੱਲ ਕਰ ਰਹੇ ਸਾਂ ਖਾਲਸੇ ਦੇ ਅਰਥ ਕੀ ਨੇ। ਖਾਲਸੇ ਬਾਰੇ ਤੁਸੀਂ ਬੜੀ ਸੋਹਣੀ ਪਰਿਭਾਸ਼ਾ ਸਾਡੇ ਦਰਸ਼ਕਾਂ ਨੂੰ ਦਿੱਤੀ। ਜਦੋਂ ਅਕਸਰ ਅਸੀਂ ਖਾਲਸੇ ਦੀ ਡੈਫੀਨੇਸ਼ਨ ਹੋਰ ਅਸੀਂ ਬਿਆਨ ਕਰਦੇ ਹਾਂ, ਸੰਗਤਾਂ ਰਾਹੀਂ ਸੁਣਦੇ ਹਾਂ ਜਾਂ ਵਿਦਵਾਨਾਂ ਨੂੰ ਸੁਣਦੇ ਹਾਂ, ਅਸੀਂ ਉੱਥੇ ਦੱਸਿਆ ਗਿਆ ਕਿ ਖੰਡੇ ਪਾਟੇ ਦੀ ਪੋਲ ਦੇਣ ਲੱਗੇ ਕੁਝ ਰਹਿਤਾਂ ਨੇ ਅਤੇ ਕੁਝ ਕੁਰਹਿਤਾਂ ਨੇ। ਰਹਿਤਾਂ ਜਿਨ੍ਹਾਂ ਨੂੰ ਧਾਰਨ ਕਰਕੇ ਸਿੱਖ ਨੇ ਆਪਣੀ ਪੂਰੀ ਜ਼ਿੰਦਗੀ ਬਤੀਤ ਕਰਨੀ ਹੈ, ਅਤੇ ਕੁਰਹਿਤਾਂ ਜਿਨ੍ਹਾਂ ਤੋਂ ਬਚ ਕੇ ਰਹਿਣਾ, ਉਹ ਕੀ ਨੇ? ਮੈਂ ਚਾਹਾਂਗਾ ਉਹ ਵੀ ਰਹਿਤਾਂ ਵੀ ਅਤੇ ਕੁਰਹਿਤਾਂ ਵੀ ਅੱਜ ਸਾਡੇ ਦਰਸ਼ਕਾਂ ਨੂੰ ਜ਼ਰੂਰ ਸਾਂਝ ਪਾਓ। ਜਿਵੇਂ ਖਾਲਸੇ ਨੇ ਪੰਜ ਪਿਆਰਿਆਂ ਨੇ ਸਾਨੂੰ ਰਹਿਤਾਂ ਬਾਰੇ ਦੱਸਿਆ, ਸਭ ਤੋਂ ਪਹਿਲਾਂ ਤਾਂ ਵੀਰ ਜੀ ਇਹ ਹੈ ਕਿ ਆਪਣਾ ਅੰਮ੍ਰਿਤ ਵੇਲਾ, ਪੰਜ ਬਾਣੀਆਂ ਦਾ ਪਾਠ ਹਰ ਇੱਕ ਸਿੱਖ ਨੇ ਕਰਨਾ। ਹਰ ਇੱਕ ਸਿੱਖ ਵਾਸਤੇ ਜ਼ਰੂਰੀ ਹੈ ਕਿ ਉਹ ਘੱਟੋ ਘੱਟ ਪੰਜ ਬਾਣੀਆਂ ਨੂੰ ਪਿਆਰ ਦੇ ਨਾਲ ਇਹ ਸਤਿਗੁਰੂ ਪਾਤਸ਼ਾਹ ਦੀ ਰਹਿਤ ਹੈ ਵੀ ਇਸ ਰਹਿਤ ਨੂੰ ਨਿਭਾਏ, ਅੰਮ੍ਰਿਤ ਵੇਲੇ ਜਪੇ, ਪੰਜ ਬਾਣੀਆਂ ਦਾ ਪਾਠ ਕਰੇ, ਸੰਧਿਆ ਵੇਲਾ ਹੋ ਜਾਏ ਫਿਰ ਸੋਦਰ ਰਹਿਰਾਜ ਸਾਹਿਬ ਜੀ ਦਾ ਪਾਠ ਕਰੇ, ਰਾਤ ਦਾ ਸਮਾਂ ਹੋਵੇ ਪੰਥ ਨੇ ਸਾਡੀ ਝੋਲੀ ਵਿੱਚ ਪੰਜ ਪਿਆਰਿਆਂ ਨੇ ਇੱਕ ਹੋਰ ਦਾਤ ਪਾਈ, ਉਹ ਸੀ ਬਾਣੀ ਸੋਹਿਲਾ ਸਾਹਿਬ ਜੀ ਦਾ ਪਾਠ। ਕਿ ਬਾਣੀ ਸੋਹਿਲਾ ਸਾਹਿਬ ਜੀ ਦਾ ਵੀ ਪਾਠ ਜਿਹੜਾ ਹੈ ਸਿੱਖ ਕਰੇ। ਅੱਜ ਬਹੁਤ ਲੋੜ ਹੈ ਸਾਨੂੰ ਇਸ ਪਾਸੇ ਆਉਣ ਦੀ। ਮੈਂ ਥੋੜ੍ਹਾ ਜਿਹਾ ਬਾਹਰ ਹੁੰਦਿਆਂ ਇੱਕ ਵਿਚਾਰ ਰੱਖਾਂਗਾ। ਅੱਜ ਜਿਵੇਂ ਆਪਾਂ ਕਹਿੰਦੇ ਹਾਂ ਵਿਸ਼ੇਸ਼ ਕੀਰਤਨ ਦਰਬਾਰ, ਵਿਸ਼ੇਸ਼ ਕਥਾ ਦਰਬਾਰ, ਪਰ ਜਿਵੇਂ ਆਪਾਂ ਵਿਸ਼ੇਸ਼ ਸਾਰਾ ਕੁਝ ਇਹਨਾਂ ਨੂੰ ਕਹੀ ਜਾਂਦੇ ਹਾਂ, ਪਰ ਜਦੋਂ ਸੌਣ ਲੱਗੀ ਤਾਂ ਆਪਾਂ ਇਹ ਨਹੀਂ ਕਹਿੰਦੇ ਵੀ ਹੁਣ ਭਾਈ ਕੀਰਤਨ ਕਰੋ ਜਾਂ ਕਥਾ ਵਿਚਾਰਾਂ ਕਰੋ। ਉਸ ਵੇਲੇ ਪੰਥ ਨੇ ਸਾਨੂੰ ਇਹੀ ਵਿਚ ਹਦਾਇਤ ਦਿੱਤੀ ਕਿ ਭਾਈ ਹੁਣ ਤੇਰਾ ਸੌਣ ਦਾ ਸਮਾਂ ਹੋ ਗਿਆ ਅਤੇ ਤੁਸੀਂ ਬਾਣੀ ਸੋਹਿਲਾ ਸਾਹਿਬ ਜੀ ਦਾ ਪਾਠ ਕਰ ਲਓ। ਜਿੱਥੇ ਆਪਾਂ ਵਿਸ਼ੇਸ਼ ਕਥਾ ਨੂੰ, ਕੀਰਤਨ ਨੂੰ ਇੰਨੀ ਵਡਿਆਈ ਦਿੰਦੇ ਹਾਂ, ਉੱਥੇ ਸਾਡੇ ਵਾਸਤੇ ਵਿਸ਼ੇਸ਼ ਇਹਨਾਂ ਪੰਜ ਬਾਣੀਆਂ ਦਾ ਪਾਠ ਵੀ ਸਾਡੇ ਵਾਸਤੇ ਬਹੁਤ ਜ਼ਰੂਰੀ ਸੀ ਕਿ ਆਪਾਂ ਇਹਨੂੰ ਅਹਿਮੀਅਤ ਦਿੰਦੇ। ਸੋ ਇਹ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਤ ਬਖਸ਼ੀ ਹੈ। ਇਹਦੇ ਨਾਲ ਫਿਰ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਪੰਜ ਕਕਾਰ ਬਖਸ਼ੇ। ਪੰਜ ਕਕਾਰ ਬਖਸ਼ੇ, ਭਾਈ ਤੂੰ ਕੇਸਾਂ ਦਾ ਧਾਰਨੀ ਹੋ, ਆਪਣੇ ਹੱਥ ਵਿੱਚ ਕੜਾ ਪਾ, ਤੇਰੇ ਲੱਕ ਕਛਹਿਰਾ ਹੋਵੇ, ਸੋਹਣੀ ਕਿਰਪਾਨ ਦਾ ਤੂੰ ਧਾਰਨੀ ਹੋਵੇਂ, ਆਪਣੇ ਕੇਸਾਂ ਦੇ ਵਿੱਚ ਸੋਹਣਾ ਕੰਘਾ ਲਾਏ। ਇਹ ਮਹਾਰਾਜ ਨੇ ਸਾਨੂੰ ਪੰਜ ਕਕਾਰ ਬਖਸ਼ੇ, ਸੋਹਣੀ ਰਹਿਤ ਬਖਸ਼ੀ। ਪਰ ਮੈਂ ਇੱਥੇ ਕੁਰਬਾਨ ਜਾਂਦਾ ਵਾਂ ਪੀਰ ਬੁੱਧੂ ਸ਼ਾਹ ਵਰਗਿਆਂ ਤੋਂ, ਜਿਹੜੇ ਆਪਣੇ 700 ਮਰੀਦ, 4 ਪੁੱਤਰ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਸਮਰਪਿਤ ਕਰਕੇ, ਅਤੇ ਮਹਾਰਾਜ ਖੁਸ਼ ਹੁੰਦੇ, ਅਤੇ ਖੁਸ਼ ਹੁੰਦਿਆਂ ਉਹਨਾਂ ਨੇ ਪੰਜ ਕਕਾਰਾਂ ਦੇ ਵਿੱਚੋਂ ਇੱਕ ਕਕਾਰ ਕੰਘਾ ਉਹ ਪੀਰ ਬੁੱਧੂ ਸ਼ਾਹ ਨੂੰ ਦਿੱਤਾ, ਕੇਸਾਂ ਸਹਿਤ ਕੰਘਾ ਦੇ ਦਿੱਤਾ, ਅਤੇ ਪੀਰ ਬੁੱਧੂ ਸ਼ਾਹ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਿ ਗਿਆ ਜੀ। ਵੀ ਅੱਜ ਸਾਨੂੰ ਉਸ ਤਰ੍ਹਾਂ ਦਾ ਪਿਆਰ ਜਿਹੜਾ ਉਹ, ਅਤੇ ਫਿਰ ਇੱਕ ਮੁਸਲਮਾਨ ਫਕੀਰ ਉਹ ਦਾਤੇ ਤੋਂ ਕੇਸਾਂ ਸਹਿਤ ਕੰਘਾ ਲੈ ਕੇ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਅੱਜ ਸਾਨੂੰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਇਹ ਜਿਹੜੀ ਰਹਿਤ ਹੈ, ਪੰਜ ਬਾਣੀਆਂ ਨੇ, ਪੰਜ ਕਕਾਰ ਨੇ,
ਜਦੋਂ ਆਪਾਂ ਇਹਨਾਂ ਦੇ ਧਾਰਨੀ ਹੋ ਜਾਵਾਂਗੇ ਤੇ ਸਾਡੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਰਹੇਗਾ। ਬਿਲਕੁਲ, ਬਹੁਤ ਖੂਬ। ਇਸ ਕਰਕੇ ਸਾਨੂੰ ਇਹ ਬਹੁਤ ਲੋੜ ਹੈ ਕਿ ਆਪਾਂ ਜਿਹੜੀ ਸਭ ਤੋਂ ਪਹਿਲਾਂ ਆਪਣੀ ਜਿਹੜੀ ਰਹਿਤ ਬਣਾਈਏ, ਨਿਤਨੇਮ ਦੀਆਂ ਬਾਣੀਆਂ, ਨਿਤਨੇਮ ਦੀਆਂ ਬਾਣੀਆਂ, ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ। ਵੀ ਤਿੰਨ ਸਮੇਂ ਸਿੱਖ ਦੀ ਜ਼ਿੰਦਗੀ ਵਿੱਚ ਆਉਂਦੇ, ਅੰਮ੍ਰਿਤ ਵੇਲਾ, ਸੰਧਿਆ ਵੇਲਾ ਅਤੇ ਰਾਤਰੀ ਰਾਤ ਦਾ ਵੇਲਾ। ਇਹਨਾਂ ਨੂੰ ਜਦੋਂ ਆਪਾਂ ਸੰਭਾਲਣਾ ਸ਼ੁਰੂ ਕਰ ਦਿੱਤਾ, ਫਿਰ ਜੋ ਕੁਝ ਵੀ ਚਾਹਵਾਂਗੇ ਆਪਾਂ ਉਹ ਮਹਾਰਾਜ ਜੀ ਤੋਂ ਸਾਨੂੰ ਪ੍ਰਾਪਤ ਹੋਏਗਾ। ਇਹ ਸਾਰਾ ਕੁਝ ਸਤਿਗੁਰੂ ਪਾਤਸ਼ਾਹ ਨੇ ਝੋਲੀ ਵਿੱਚ ਪਾਉਂਦਿਆਂ ਫਿਰ ਸਾਨੂੰ ਇੱਕ ਹਦਾਇਤ ਹੋਰ ਦੇ ਦਿੱਤੀ, ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਉਸ ਦਿਨ ਜਿੱਦਣ ਇਹ ਵਿਪਰਵਾਦੀ ਸੋਚ ਦੇ ਧਾਰਨੀ ਹੋ ਗਏ ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਖਾਲਸਾ ਜੀ ਮੇਰਾ ਤੁਹਾਡੇ ਤੋਂ ਜਿਹੜਾ ਭਰੋਸਾ ਹੈ, ਜਿਹੜੀ ਪ੍ਰਤੀਤ ਹੈ, ਉਹ ਜਾਂਦੀ ਰਹਿਣੀ। ਅਤੇ ਆਪਾਂ ਤਾਂ ਹੀ ਇਹਨਾਂ ਤੋਂ ਬਚ ਸਕਦੇ ਹਾਂ ਜੇ ਮਹਾਰਾਜ ਜੀ ਦੀ ਰਹਿਤ ਬਹਿਤ ਦੇ ਧਾਰਨੀ ਹੋਵਾਂਗੇ ਜੀ। ਇਹਨਾਂ ਰਹਿਤ ਸਭ ਉਹ ਕਿਹੜੀਆਂ ਕੁਰੈਤਾਂ ਨੇ ਜਿਹਨਾਂ ਤੋਂ ਬਚ ਕੇ ਰਹਿਣਾ ਤਾਂ ਜੋ ਕਲਗੀਧਰ ਪਾਤਸ਼ਾਹ ਦੀ ਖੁਸ਼ੀ ਗ੍ਰਹਿਣ ਕੀਤੀ ਜਾ ਸਕੇ? ਉਹ ਕੁਰੈਤਾਂ ਜਿਵੇਂ ਤੰਬਾਕੂ ਦਾ ਸੇਵਨ, ਪਰ ਨਾਰੀ ਪਰ ਇਸਤਰੀ ਦਾ ਸੰਗ, ਕੇਸ ਆਪਣੇ ਕਤਲ ਨਹੀਂ ਕਰਾਉਣੇ। ਸੋ ਇਸ ਤਰ੍ਹਾਂ ਇਹ ਜਿਹੜੀਆਂ ਰਹਿਤਾਂ ਕੁਰੈਤਾਂ ਨੇ, ਇਹਨਾਂ ਤੋਂ ਸਿੱਖ ਨੇ ਬਚ ਕੇ ਰਹਿਣਾ। ਵੇਖੋ ਕਿੰਨਾ ਮਹਾਰਾਜ ਨੇ, ਅੱਜ ਆਪਾਂ ਜ਼ੋਰ ਲਾ ਰਹੇ ਹਾਂ, ਕਿੰਨੇ ਸਾਇੰਸ ਦੇ ਵੱਲੋਂ, ਡਾਕਟਰਾਂ ਦੇ ਵੱਲੋਂ ਹਦਾਇਤਾਂ ਆ ਰਹੀਆਂ ਨੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ, ਪੰਥ ਨੇ ਕਿੱਡੀਆਂ ਵਡਿਆਈਆਂ ਸਾਡੀ ਝੋਲੀ ਵਿੱਚ ਪਾ ਦਿੱਤੀਆਂ। ਆਖਿਆ ਕਿ ਪਰ ਨਾਰੀ ਦੇ ਸੰਗ ਨਹੀਂ, ਪਰ ਨਾਰੀ ਦੀ ਸੰਗਤ ਨਹੀਂ ਕਰਨੀ, ਪਰ ਪੁਰਸ਼ ਦਾ ਸੰਗ ਨਹੀਂ ਕਰਨਾ। ਇਹ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਇਹਨਾਂ ਕੁਰੈਤਾਂ ਤੋਂ ਬਚਾ ਕੇ ਸਾਡਾ ਜਿਹੜਾ ਜੀਵਨ ਸੀ ਉਹ ਕਰੂਪ ਹੋਣ ਤੋਂ ਸਾਨੂੰ ਬਚਾ ਲਿਆ। ਕਈ ਐਸੀਆਂ ਬਿਮਾਰੀਆਂ ਨੇ, ਏਡਜ ਵਰਗੀਆਂ ਬਿਮਾਰੀਆਂ, ਮੈਂ ਕਹਿੰਦਾ ਵਾਂ ਜਦੋਂ ਸਤਿਗੁਰੂ ਪਾਤਸ਼ਾਹ ਦਾ ਇਹ ਵਡਮੁੱਲਾ ਵਿਰਸਾ ਜਿਹੜਾ ਸਾਹਿਬ ਨੇ ਸਾਨੂੰ ਬਖਸ਼ਿਆ, ਉਹਨੂੰ ਜਦੋਂ ਅੱਜ ਆਪਾਂ ਵੇਖਦੇ ਹਾਂ, ਸਾਇੰਸ ਤੌਰ 'ਤੇ ਵੇਖਦੇ ਹਾਂ, ਅਤੇ ਕਿੰਨੀਆਂ ਬਿਮਾਰੀਆਂ ਨੇ ਜਿਹੜੀਆਂ ਸਾਡੇ ਸਰੀਰਾਂ ਨੂੰ ਘਰ ਘਰ ਜਾਂਦੀਆਂ ਨੇ। ਇਹ ਸਿਲਸਿਲਾ ਕਲਗੀਆਂ ਵਾਲੇ ਪਾਤਸ਼ਾਹ ਦਾ ਮੈਂ ਫਿਰ ਤੁਹਾਨੂੰ ਬੇਨਤੀ ਕਰਾਂਗਾ, ਮਹਾਰਾਜ ਨੇ ਪ੍ਰਸ਼ਾਦ ਪ੍ਰਤੱਖ ਤੌਰ 'ਤੇ ਸਾਰਿਆਂ ਵਿੱਚ ਵਰਤਾ ਦਿੱਤਾ, ਪਰ ਇਹਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਮਹਾਰਾਜ ਕਰ ਗਏ ਸਨ, ਜਿਨ੍ਹਾਂ ਨੇ ਹੌਕਾ ਲਾਇਆ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਵੀ ਇਹ ਜਿਹੜਾ ਸਨਮਾਨ ਹੈ, ਜਿੰਨਾ ਚਿਰ ਆਪਾਂ ਕਰਾਂਗੇ ਤਾਂ ਸਾਡਾ ਜਿਹੜਾ ਜੀਵਨ ਉਹ ਚੜ੍ਹਦੀ ਕਲਾ ਵਿੱਚ ਹੋਵੇਗਾ। ਇੱਥੇ ਤੁਸੀਂ ਇਹ ਜਿਹੜਾ ਬਖਸ਼ਿਸ਼ ਆ ਸਾਣੇ ਸਿੱਖਾਂ ਨੇ ਆਪਣੇ ਸਰੀਰ 'ਤੇ ਖੰਡਾਈਆਂ ਵੀ, ਕਿਤੇ ਵੇਖੋ ਭਾਈ ਹਰੀ ਸਿੰਘ ਨਲੂਏ ਵਰਗੇ, ਜਿਨ੍ਹਾਂ ਨੂੰ ਸਮੇਂ ਦੇ ਹੁਕਮਰਾਨਾਂ ਨੇ ਕਰੈਕਟਰ ਦੇ ਤੌਰ 'ਤੇ, ਉਹਨਾਂ ਦੇ ਜੀਵਨ ਦੇ ਤੌਰ 'ਤੇ ਉਹਨਾਂ ਨੂੰ ਡਲਾਉਣ ਦਾ ਯਤਨ ਕੀਤਾ, ਪਰ ਗੁਰੂ ਕੇ ਸਿੱਖ ਡੋਲੇ, ਪਰ ਗੁਰੂ ਦੇ ਸਿੱਖ ਡੋਲੇ ਨਹੀਂ। ਕੈਸੀ ਮੈਂ ਉਹ ਘਟਨਾ ਵੀ ਤੁਹਾਨੂੰ ਦੱਸਾਂ ਜੀ, ਕਿ ਸਮੇਂ ਦੇ ਹੁਕਮਰਾਨਾਂ ਵੱਲੋਂ ਕਹਿਣ ਲੱਗੇ ਵੀ ਆਪਾਂ ਇਸ ਗੁਰੂ ਦੇ ਸਿੱਖ ਨੂੰ ਕਿਸੇ ਤਰ੍ਹਾਂ ਵੀ ਮਾਰ ਨਹੀਂ ਪਾ ਸਕਦੇ, ਪਰ ਇੱਕ ਹੈ ਜੇ ਆਪਾਂ ਇਹਨਾਂ ਦਾ ਜੀਵਨ ਪੱਖੋਂ ਜੇ ਇਹਨਾਂ ਨੂੰ ਡੁਲਾ ਦਈਏ ਤਾਂ ਬਿਨਾਂ ਮਾਰੇ ਹੀ ਇਹ ਮਰ ਜਾਣਗੇ। ਉਹਨਾਂ ਆਪਣੇ ਵੱਲੋਂ ਸੁੰਦਰ ਇਸਤਰੀ ਨੂੰ ਕੋਲ ਭੇਜਿਆ, ਪਰ ਜਦੋਂ ਉਹਨੇ ਜਾ ਕੇ ਭਾਈ ਹਰੀ ਸਿੰਘ ਨਲੂਏ ਨੂੰ ਮਿਲੇ ਤਾਂ ਉਸ ਵਕਤ ਉਹਨਾਂ ਇੱਕ ਹੀ ਉਸ ਇਸਤਰੀ ਨੇ, ਉਹ ਨੌਜਵਾਨ ਸੁੰਦਰ ਇਸਤਰੀ ਨੇ ਕਿਹਾ, ਮੈਨੂੰ ਤੁਹਾਡੇ ਵਰਗਾ ਪੁੱਤਰ ਚਾਹੀਦਾ। ਮੈਂ ਕਈ ਵਾਰ ਸੋਚਦਾ ਵਾਂ ਕਿ ਕਿੰਨਾ ਇਹਨਾਂ ਗੁਰਸਿੱਖਾਂ ਦਾ ਜੀਵਨ ਇੰਨਾ ਕਰਨੀ ਅਤੇ ਕਥਨੀ ਦਾ ਉੱਚਾ, ਜਿਨ੍ਹਾਂ ਨੇ ਉਸ ਬੱਚੀ ਦੀ ਗੋਦ ਵਿੱਚ ਭਾਈ ਹਰੀ ਸਿੰਘ ਨਲੂਏ ਨੇ ਆਪਣਾ ਸਿਰ ਰੱਖ ਦਿੱਤਾ ਅਤੇ ਇਹ ਕਿਹਾ ਕਿ ਮੈਨੂੰ ਹੀ ਆਪਣਾ ਪੁੱਤਰ ਬਣਾ ਲੈ, ਵੀ ਤੂੰ ਮੇਰੀ ਧਰਮ ਦੀ ਮਾਂ ਬਣ ਗਈ, ਤੂੰ ਮੇਰੀ ਧਰਮ ਦੀ ਮਾਤਾ ਬਣ ਗਈ। ਵੀ ਇੱਥੋਂ ਵੇਖੋ ਸਿੱਖਾਂ ਨੇ ਜਦੋਂ ਆਪਣੇ ਜੀਵਨ ਵਿੱਚ ਐਸੀਆਂ ਬਖਸ਼ਿਸ਼ਾਂ ਨੂੰ ਅਪਣਾਇਆ, ਫਿਰ ਉਹਨਾਂ ਉਸੇ ਨੌਜਵਾਨ ਨੇ ਬਾਹਰ ਆ ਕੇ ਦੱਸਿਆ ਕਿ ਤੁਸੀਂ ਸਿੱਖਾਂ ਦੀ ਪਰਖ ਨਾ ਕਰੋ,
ਸਿੱਖ ਜੀਵਨ ਪੱਖੋਂ ਕਦੇ ਵੀ ਨਹੀਂ ਡੋਲਣਗੇ। ਜਿੰਨਾ ਚਿਰ ਸਿੱਖ ਜੀਵਨ ਦੇ ਵਿੱਚ ਪਰਪੱਕ ਰਹਿਣਗੇ, ਇਹਨਾਂ ਨੂੰ ਦੁਨੀਆ ਦੀ ਕੋਈ ਬਾਹਰਲੀ ਜਿਹੜੀ ਹਕੂਮਤ ਉਹ ਕਦੇ ਡੁਲਾ ਨਹੀਂ ਸਕੇਗੀ। ਸੋ ਇਹਨਾਂ ਕੁਰੈਤਾਂ ਤੋਂ ਜਿਹੜਾ ਨਾ ਉਹ ਸਿੱਖ ਨੇ ਬਚ ਕੇ ਰਹਿਣਾ। ਬਿਲਕੁਲ ਸੱਚਮੁੱਚ ਭਾਈ ਸਾਹਿਬ, ਤੁਸੀਂ ਅੱਜ ਉਹ ਵਿਰਸਾ ਸਾਡੇ ਦਰਸ਼ਕਾਂ ਰੂਬਰੂ ਕੀਤਾ, ਸੁਣ ਕੇ ਅਸੀਂ ਵੀ ਹੈਰਾਨ ਹਾਂ ਕਿੰਨਾ ਕੁ ਭਰੋਸਾ ਅੱਜ ਦੇ ਸਿੱਖ ਨੂੰ ਆਪਣੇ ਗੁਰੂ ਦੇ ਉੱਪਰ ਚਾਹੀਦਾ ਹੈ। ਮੈਂ ਸਮੂਹ ਸੰਗਤਾਂ ਦੇ ਚੈਨਲ 'ਚ ਬੇਨਤੀ ਕਰਾਂਗਾ, ਆਓ ਅਸੀਂ ਵੀ ਖੰਡੇ ਬਾਟੇ ਦੀ ਪੋਲ ਗ੍ਰਹਿਣ ਕਰਕੇ ਕਲਗੀਧਰ ਪਾਤਸ਼ਾਹ ਦੇ ਸਿੱਖ ਬਣੀਏ, ਆਪਣੇ ਆਪ ਨੂੰ ਸਮਰਪਿਤ ਕਰ ਦਈਏ। ਜਿਹੜਾ ਗੁਰੂ ਇਹ ਬਚਨ ਸਾਡੇ 'ਤੇ ਮਾਣ ਕਰਕੇ ਕਹਿੰਦਾ ਹੋਵੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਜਿਹੜਾ ਗੁਰੂ ਸਾਡੇ 'ਤੇ ਮਾਣ ਕਰਕੇ ਕਹਿੰਦਾ ਹੋਵੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਜਿਸ ਗੁਰੂ ਨੇ ਸਾਡੇ 'ਤੇ ਇੰਨਾ ਮਾਣ ਕੀਤਾ ਹੋਵੇ, ਪਰ ਅਫਸੋਸ ਅਸੀਂ ਉਸ ਗੁਰੂ ਦੇ ਘਰ ਵਿੱਚ ਪ੍ਰਵੇਸ਼ ਵੀ ਨਾ ਕਰ ਸਕੀਏ, ਇਹ ਸਾਡੀ ਆਪਣੀ ਨਲਾਇਕੀ ਹੈ। ਆਓ ਖਾਲਸਾ ਸਾਜਨਾ ਦਿਵਸ ਦੇ ਉੱਪਰ ਅਸੀਂ ਪ੍ਰਣ ਕਰੀਏ ਕਿ ਕਲਗੀਧਰ ਪਾਤਸ਼ਾਹ ਅਸੀਂ ਤੇਰੇ ਘਰ ਵਿੱਚ ਸ਼ਾਮਲ ਹੋ ਕੇ ਰਵਾਂਗੇ, ਅਸੀਂ ਖੰਡੇ ਬਾਟੇ ਦੀ ਪੋਲ ਗ੍ਰਹਿਣ ਕਰਕੇ ਰਵਾਂਗੇ। ਭਾਈ ਸਾਹਿਬ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ, ਪਰ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਤੁਹਾਨੂੰ ਜਾਂਦੇ ਹੋਏ, ਅੱਜ ਸਾਡੇ ਨੌਜਵਾਨ ਜਿਸ ਕੁਰਾਹੇ ਪੈ ਰਹੇ ਨੇ, ਅੱਜ ਸਾਡੀਆਂ ਸਿੱਖ ਸੰਗਤਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ, ਕਿਉਂ ਅਤੇ ਉਹ ਕਿਵੇਂ ਘਰ ਵਿੱਚ ਵਾਪਸੀ ਕਰਨ? ਉਹਨਾਂ ਵਾਸਤੇ ਸਭ ਤੋਂ ਜ਼ਰੂਰੀ ਫਰਜ਼ ਮਾਤਾ ਪਿਤਾ ਦਾ ਬਣਦਾ, ਕਿਉਂਕਿ ਅੱਜ ਦੀ ਨੌਜਵਾਨ ਜਿਹੜੀ ਪੀੜ੍ਹੀ ਹੈ, ਬਾਹਰੀ ਪੱਛਮੀਤਾ ਜਿਹੜੀ ਸੱਭਿਅਤਾ ਉਹਨੂੰ ਉਸ ਵੱਲ ਵੇਖ ਵੇਖ ਕੇ ਉਹ ਆਪਣਾ ਰੂਪ ਢੰਗ ਉਵੇਂ ਦਾ ਬਣਾਈ ਜਾ ਰਹੀ ਹੈ। ਅੱਜ ਸਾਨੂੰ ਬਹੁਤ ਲੋੜ ਹੈ ਸਾਡੇ ਮਾਤਾ ਪਿਤਾ ਨੂੰ, ਸਾਡੇ ਮਾਪਿਆਂ ਨੂੰ, ਵਿਸ਼ੇਸ਼ ਕਰਕੇ ਸਾਡੀ ਮਾਂ ਨੂੰ। ਇੱਕ ਮਾਂ ਆਪਣੇ ਬੱਚੇ ਨੂੰ ਜੋ ਕੁਝ ਚਾਹੇ ਉਸੇ ਤਰ੍ਹਾਂ ਦਾ ਬਣਾ ਸਕਦੀ ਹੈ, ਤਾਂ ਉਹਦੇ ਵਾਸਤੇ ਸੱਤ ਸੰਗਤ ਜ਼ਰੂਰੀ ਹੈ, ਉਹਦੇ ਵਾਸਤੇ ਬਾਣੀ ਜ਼ਰੂਰੀ ਹੈ। ਵੀ ਜਿੰਨਾ ਆਪਣੇ ਬੱਚੇ ਨੂੰ ਆਪਾਂ ਬਾਣੀ ਦੇ ਨਾਲ ਜੋੜ ਦਾਂਗੇ, ਗੁਰਮਤਿ ਵਿਚਾਰਧਾਰਾ ਦੇ ਨਾਲ ਜੋੜ ਦਾਂਗੇ, ਉਹ ਬੱਚੇ ਫਿਰ ਹੀ ਇਸ ਪਾਸੇ ਆ ਸਕਦੇ ਨੇ। ਪਰ ਜੇ ਆਪਾਂ ਮਾਤਾ ਪਿਤਾ ਨੇ ਆਪਣਾ ਫਰਜ਼ ਨਾ ਸੰਭਾਲਿਆ, ਸਾਨੂੰ ਤਾਂ ਮਾਣ ਕਰਨਾ ਚਾਹੀਦਾ ਹੈ ਜਿਸ ਧਰਤੀ 'ਤੇ ਆਪਾਂ ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪੰਜਾਬ ਦੀ ਧਰਤੀ 'ਤੇ ਕੋਨੇ ਕੋਨੇ 'ਤੇ ਆਪਣੇ ਚਰਨ ਪਾਏ, ਆਪਣੇ ਪਟਿਆਲੇ ਦੇ ਨੇੜੇ ਫਤਿਹਗੜ੍ਹ ਸਾਹਿਬ ਹੈ, ਐਡੀ ਵਡਮੁੱਲੀ ਧਰਤੀ, ਸਾਨੂੰ ਤਾਂ ਚਾਹੀਦਾ ਸੀ ਉਸ ਧਰਤੀ 'ਤੇ ਮਾਣ ਕਰਦਿਆਂ ਹੋਇਆਂ ਆਪਾਂ ਇਸ ਪਾਸੇ ਜੁੜ ਜਾਈਏ। ਐਸੇ ਰਹਿਬਰ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੇ ਆਪਾਂ ਇਤਿਹਾਸ ਆਪਣੇ ਬੱਚਿਆਂ ਨੂੰ ਸੁਣਾ ਦਈਏ, ਉਹ ਬੱਚੇ ਤਾਂ ਹੀ ਦੂਰ ਹੁੰਦੇ ਨੇ ਕਿਉਂਕਿ ਪੁਰਾਤਨ ਸਮੇਂ ਹੁੰਦੇ ਸਨ ਸਾਡੇ ਘਰਾਂ ਦੇ ਵਿੱਚ ਇੱਕ ਕਥਾਵਾਚਕ ਹੁੰਦਾ ਸੀ। ਅੱਜ ਉਹ ਕਥਾਵਾਚਕ ਸਾਡੇ ਘਰਾਂ ਦੇ ਵਿੱਚੋਂ ਅਲੋਪ ਹੁੰਦਾ ਜਾ ਰਿਹਾ। ਕੋਈ 20-25 ਸਾਲ ਦਾ ਪਹਿਲਾਂ ਦਾ ਮਾਹੌਲ ਵੇਖੋ, ਸਾਡੇ ਘਰਾਂ ਦੇ ਵਿੱਚ ਕਥਾ ਕਹਾਣੀਆਂ ਦਾ ਦੌਰ ਚੱਲਦਾ ਸੀ। ਸਾਡੇ ਘਰ ਦਾ ਇੱਕ ਮੋਹਤਵਾਰ ਜਿਹੜਾ ਮੁਖੀ ਹੁੰਦਾ ਸੀ, ਉਹ ਸਾਰੇ ਪਰਿਵਾਰ ਨੂੰ, ਸਾਰੇ ਬੱਚਿਆਂ ਨੂੰ ਇਕੱਠਿਆਂ ਕਰ ਲੈਣਾ ਅਤੇ ਫਿਰ ਭਾਈ ਤਾਰੂ ਸਿੰਘ ਦਾ ਸਾਕਾ, ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸਾਕਾ, ਗੁਰੂ ਤੇਗ ਬਹਾਦਰ ਮਹਾਰਾਜ ਦਾ ਸਾਕਾ, ਸਾਡਾ ਇਤਿਹਾਸ ਇੰਨਾ ਮਾਣ ਮੱਤਾ, ਇੰਨੀਆਂ ਬਖਸ਼ਿਸ਼ਾਂ ਨਾਲ ਭਰਿਆ ਪਿਆ। ਮੈਂ ਕਹਿੰਦਾ ਜੇ ਅੱਜ ਸਾਡੇ ਘਰਾਂ ਵਿੱਚ ਇੱਕ ਕਥਾਵਾਚਕ ਦਾ ਜਨਮ ਹੋ ਜਾਏ ਅਤੇ ਆਪਾਂ ਆਪਣੇ ਬੱਚਿਆਂ ਨੂੰ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ, ਜਿਹੜੇ ਘਰ ਦੇ ਵਿੱਚ ਗੁਰੂ ਦਾ ਬੋਲਬਾਲਾ ਹੋ ਜਾਏਗਾ ਉਹ ਘਰ ਕਦੇ ਵੀ ਨਹੀਂ ਡੋਲੇਗਾ, ਉਹ ਬੱਚੇ ਕਦੇ ਵੀ ਕੁਰਾਹੇ ਨਹੀਂ ਪੈਣਗੇ। ਪਰ ਇਹ ਸਭ ਤੋਂ ਪਹਿਲਾਂ ਸਾਨੂੰ, ਸਾਡੇ ਮਾਤਾ ਪਿਤਾ ਨੂੰ, ਸਾਨੂੰ ਆਪਣੇ ਆਪ ਨੂੰ ਇਹ ਪ੍ਰੈਕਟੀਕਲ ਜੀਵਨ ਜਿਹੜਾ ਨਾ ਉਹ ਬਣਾਉਣਾ ਪਏਗਾ। ਆਪ ਆਪਾਂ ਅੰਮ੍ਰਿਤ ਵੇਲੇ ਉੱਠੀਏ, ਆਪਣੇ ਹੱਥ ਦੇ ਵਿੱਚ ਪੋਥੀ ਲਈਏ, ਸਾਨੂੰ ਬਾਣੀ ਕੰਠ ਹੋ ਜਾਏ, ਉਹ ਮੁਬਾਰਕ ਹੈ, ਤੁਸੀਂ ਕੰਠ ਹੋ ਗਈ ਉਸ ਤਰ੍ਹਾਂ ਵੀ ਪਾਠ ਕਰ ਸਕਦੇ ਹੋ। ਪਰ ਜੇ ਆਪਣੇ ਬੱਚਿਆਂ ਨੂੰ ਜੋੜਨਾ ਹੈ ਤਾਂ ਆਪਾਂ ਜਦੋਂ ਹੱਥ ਦੇ ਵਿੱਚ ਪੋਥੀ ਲਵਾਂਗੇ, ਬੱਚੇ ਸਵਾਲ ਕਰਨਗੇ ਇਸ ਪੋਥੀ ਵਿੱਚ ਕੀ ਹੈ, ਆਪਾਂ ਉਹਨਾਂ ਨੂੰ ਦੱਸ ਸਕਾਂਗੇ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ, ਕਲਗੀਆਂ ਵਾਲੇ ਪਾਤਸ਼ਾਹ ਦੀ ਬਾਣੀ ਹੈ। ਜਦੋਂ ਆਪਾਂ ਆਪ ਉੱਠ ਕੇ ਆਪਣੇ ਤੋਂ ਸ਼ੁਰੂਆਤ ਕਰਾਂਗੇ, ਆਪ ਪਾਠ ਕਰਾਂਗੇ, ਬਿਲਕੁਲ, ਅਤੇ ਉਹ ਬੱਚੇ ਕਦੇ ਵੀ ਨਹੀਂ ਡੋਲਣਗੇ।
ਬਸ ਮੈਂ ਇਹ ਹੀ ਬੇਨਤੀ ਕਰਾਂਗਾ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਵੇਖੋ ਜ਼ਿਮੀਂਦਾਰ ਇੱਕ ਵਾਰ ਵਿਸਾਖੀ ਮਨਾਉਂਦਾ ਹੈ ਪਰ ਜਿਹੜਾ ਖਾਲਸਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜੇ ਇਹ ਹਰ ਰੋਜ਼ ਆਪਣੇ ਘਰ ਵਿੱਚ ਰੱਬ ਦੀਆਂ ਵਿਚਾਰਾਂ ਕਰੇ ਕੀਰਤਨ ਹੋਵੇ ਜਿਹੜੇ ਘਰ ਦੇ ਵਿੱਚ ਉਹ ਸਿੱਖ ਹਰ ਰੋਜ਼ ਵਿਸਾਖੀ ਮਨਾਏਗਾ। ਬਿਲਕੁਲ ਸਹੀ ਗੱਲ ਆ ਭਾਈ ਸਾਹਿਬ, ਤੁਸੀਂ ਬੜੇ ਥੋੜ੍ਹੇ ਸਮੇਂ ਦੇ ਵਿੱਚ ਬੜੀਆਂ ਡੂੰਘੀਆਂ ਵਿਚਾਰਾਂ ਸਾਡੇ ਦਰਸ਼ਕਾਂ ਰੂਬਰੂ ਕੀਤੀ ਹੈ। ਦੋਸਤੋ ਆਸ ਕਰਦਾ ਤੁਹਾਨੂੰ ਅੱਜ ਦਾ ਇਹ ਖਾਸ ਪ੍ਰੋਗਰਾਮ ਖਾਲਸੇ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਖਾਲਸਾ ਮੇਰੀ ਜਾਨ ਕੀ ਜਾਨ ਪਸੰਦ ਆਇਆ ਹੋਵੇਗਾ। ਜਿਵੇਂ ਸਾਡੇ ਗਿਆਨੀ ਹਰਜੀਤ ਸਿੰਘ ਉਹਨਾਂ ਨੇ ਬੜੀਆਂ ਸੋਹਣੀਆਂ ਅਤੇ ਡੂੰਘੀਆਂ ਵਿਚਾਰਾਂ ਅੱਜ ਇੱਕ ਹਲੂਣੇ ਦੇ ਰੂਪ ਵਿੱਚ ਸਾਨੂੰ ਦਿੱਤੀਆਂ ਨੇ, ਆਓ ਅਸੀਂ ਵੀ ਖਾਲਸੇ ਪੰਥ ਦੇ ਮੈਂਬਰ ਬਣੀਏ। ਬੜਾ ਬੇਮਿਸਾਲ ਅਤੇ ਬੜਾ ਅਨਮੋਲ ਵਿਰਸਾ ਹੈ, ਅਸੀਂ ਉਸ ਵਿਰਸੇ ਨੂੰ ਪਹਿਚਾਣ ਕਰੀਏ। ਮਾਵਾਂ ਦੇ ਚਰਨਾਂ ਵਿੱਚ ਖਾਸ ਕਰਕੇ ਬੇਨਤੀ ਹੈ ਆਪਣੇ ਫਰਜ਼ ਨੂੰ ਪਹਿਚਾਨਣ, ਮਾਂ ਗੁਜਰੀ ਵਰਗੀ ਗੋਦ ਤਿਆਰ ਕਰਨ ਤਾਂ ਜੋ ਬੱਚੇ ਮਾਂ ਗੁਜਰੀ ਦੀ ਤਰ੍ਹਾਂ ਗੋਦ ਵਿੱਚ ਬੈਠ ਕੇ ਸਿਰ ਜਾਏ ਤਾਂ ਜਾਏ ਪਰ ਸਿੱਖੀ ਸਿਦਕ ਨਾ ਜਾਏ, ਕਦੀ ਵੀ ਨਸ਼ੇ ਵੱਲ ਅਤੇ ਕਦੀ ਵੀ ਪਤਤ ਪੁਣੇ ਵੱਲ ਨਾ ਜਾਣ। ਇੰਨੇ ਕੁ ਪਰਪੱਕ ਕਰ ਦਈਏ ਆਪਣੇ ਬੱਚਿਆਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਸੁਣਾ ਕੇ ਤਾਂ ਜੋ ਸਾਡੇ ਬੱਚਿਆਂ ਦੇ ਵਿੱਚੋਂ ਸਾਹਿਬਜ਼ਾਦਿਆਂ ਦੇ ਚਲਕਾਰੇ ਵੱਜਣ, ਸਾਡੇ ਵਿਹੜਿਆਂ ਦੇ ਵਿੱਚ ਸਾਡੇ ਬੱਚਿਆਂ ਦੇ ਚਿਹਰਿਆਂ ਦੇ ਵਿੱਚੋਂ ਸਾਨੂੰ ਸਾਹਿਬਜ਼ਾਦਿਆਂ ਦੇ ਦੀਦਾਰ ਹੋਣ। ਭਾਈ ਸਾਹਿਬ ਤੁਹਾਡਾ ਤਹਿ ਦਿਲੋਂ ਧੰਨਵਾਦ, ਵਾਹਿਗੁਰੂ ਅੱਗੇ ਅਰਦਾਸ ਤੁਹਾਨੂੰ ਹੋਰ ਵਾਹਿਗੁਰੂ ਤੰਦਰੁਸਤੀ ਬਖਸ਼ੇ ਤਾਂ ਜੋ ਤੁਸੀਂ ਇਸੇ ਤਰ੍ਹਾਂ ਪੰਥ ਦੀ ਸੇਵਾ ਕਰਦੇ ਰਹੋ। ਦੋਸਤੋ ਸਾਨੂੰ ਦੇ ਹੁਣ ਆਗਿਆ, ਆਸ ਕਰਦਿਆਂ ਤੁਹਾਨੂੰ ਅੱਜ ਦਾ ਇਹ ਖਾਲਸਾ ਪੰਥ ਦੇ ਪ੍ਰਕਾਸ਼ ਦਿਵਸ ਦੇ ਉੱਪਰ ਖਾਸ ਪ੍ਰੋਗਰਾਮ ਬਹੁਤ ਹੀ ਆਨੰਦਮਈ ਲੱਗਿਆ ਹੋਵੇਗਾ। ਇਸੇ ਆਸ ਨਾਲ ਆਪ ਸਾਰਿਆਂ ਉੱਤੇ ਖਿਮਾ ਤੇ ਜਾ ਚੱਕਾਂ। ਬੁਲਾਓ ਫਤਿਹ ਜੀ ਆਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਖਾਲਸਾ।